हाँ जी सत श्री अकाल जी सारे नू मनप्रीत सिंह बोल रहे जे एस एग्रीकल्चर तो। हाँ जी अज जी आप वीडियो लैके आ रहे हैं, ये हैवी ड्यूटी सबसोइलर की है जो गोल्ड टाइम के बनाया गया। आओ किसान भरा सू इस बारे अभी पूरी जानकारी देवे। ये हल्दी सब तो पहला गल करिए, बड़े तकरीबन डबल क्लच वाले ट्रैक्टर होंगे जिमें 50-55 HP वास्ते 45 HP वास्ते बनया। एक हैवी ड्यूटी हल है, एक अपने को जो ग्रीन कलर च ਉਹ ਲਾਈਟ ਵੇਟ ਟਰੈਕਟਰਾਂ ਵਾਸਤੇ ਜਿਵੇਂ ਨੋਰਮਲ ਆਮ ਸਿੰਘ ਨੋਰਮਲ ਛੋਟੇ ਟਰੈਕਟਰ ਹੋ ਗਏ 735 ਸੋਨਾਲੀਕਾ 265 ਇਹ ਵੱਡੇ ਟਰੈਕਟਰਾਂ ਲਈ ਬਣਾਇਆ ਗਿਆ ਹੈ। ਇਹ ਹੁਣ ਆਰਡਰ 'ਤੇ ਬਣਾਇਆ ਗਿਆ, ਅਸੀਂ ਜ਼ਿਆਦਾਤਰ ਇਹ ਆਰਡਰ 'ਤੇ ਬਣਾ ਰਹੇ ਹਾਂ ਕਿਉਂਕਿ ਇਸਦੀ ਵਿਕਰੀ ਥੋੜ੍ਹੀ ਘੱਟ ਹੁੰਦੀ ਆ। ਅਤੇ ਕਿਸਾਨ ਭਰਾਵੋ ਇਹਦੀ ਜੇ ਗੱਲ ਕਰੀਏ ਵੀ ਟੈਨ ਦੀ, ਇਹ ਵੀ ਟੈਸਟ ਪੈਸੇ ਟੈਂਕ ਪਲੇਟ ਦੇਖੋ ਟੈਨ ਕਟਾਈ ਗਈ ਆ, ਤੁਹਾਨੂੰ ਦੇਖ ਰਿਹਾ ਪੂਰੀ ਸੀ ਟੈਪ ਟੈਨ ਹੈ। ਇਹ ਪਿੱਛੇ ਹਟਵੇਂ ਟੈਨਾਂ ਨਾਲ ਕਿ ਬਲਕਿ ਅੱਗੇ ਨੂੰ, ਇਹ ਪਹਿਲਾਂ ਪਿੱਛੇ ਹੋ ਕੇ ਫਿਰ ਅੱਗੇ ਨੂੰ ਸੀ ਬਣੀ ਹੋਈ ਆ। ਅਤੇ ਇਹਦੇ ਰੂਟਾਵੀਟਰ ਵਾਂਗੂ ਦੇਖੋ ਟਰੈਕਟਰ ਅਟੈਚ ਹੋਣ ਲਈ ਦੇਖੋ ਪਿੰਨਾਂ ਦਿੱਤੀਆਂ ਗਈਆਂ ਨੇ ਸੰਗਲੀ ਲਗਾ ਕੇ। ਔਰ ਇੱਦਾਂ ਜੋ ਪਾਈਪ ਲਗਾਇਆ ਗਿਆ 100 mm ਦਾ ਫੁੱਲ ਹੈਵੀ ਡਿਊਟੀ ਫਰੇਮ ਹੈ। ਅਤੇ ਕਿਸਾਨ ਭਰਾਵੋ ਇੱਕ ਇਹਦੀ ਖਾਸੀਅਤ ਹੋਰ ਹੈ, ਅਦਰਵਾਈਜ਼ ਜੇ ਇਹ ਟੈਨ ਕਿਤੇ ਫਸ ਕੇ ਟਰੈਕਟਰ ਦਾ ਜ਼ੋਰ ਲਵਾਉਂਦੀ ਹੈ ਫਿਰ ਥੱਲੇ ਕੋਈ ਜੜ ਜੁੜ 'ਚ ਫਸ, ਤਾਂ ਇਸਦੇ ਵਿੱਚ ਦੋ ਇਹ ਬੋਲਟਾਂ ਦੇ ਟੈਨ ਕਿਸੇ ਸੇਫਟੀ ਪਿੰਨ ਨੇ, ਇਹ ਜਦੋਂ ਫਸਦਾ ਇੱਕ ਨਾ ਡਿੱਟ ਕੇ ਆਟੋਮੈਟਿਕਲੀ ਗੋਲ ਘੁੰਮ ਜੂਗੀ ਪਿੱਛੇ ਹਟ ਜੂਗੀ। ਹਾਂ ਇਹ ਨਾ ਹੀ ਕੋਈ ਟਰੈਕਟਰ ਦਾ ਕੋਈ ਆਪਦਾ ਨਾ ਹੀ ਕੋਈ ਟਰੈਕਟਰ ਹੈ, ਸਿਰਫ ਇੱਕ ਬੁਲਟ ਆਪਾਂ ਨੂੰ ਦੁਬਾਰਾ ਪਾਉਣਾ ਪਵੇਗਾ। ਔਰ ਕਿਸਾਨ ਭਰਾਵੋ ਇੱਦਾਂ ਜੋ ਫਾਲ ਹੈ ਇਹ ਅਸੀਂ ਕੋਈ ਬੈਲਡ ਨਹੀਂ ਕਰਿਆ, ਇਹ ਵੀ ਅਸੀਂ ਨੇ ਨਟਾਂ ਦੇ ਵਿੱਚ ਕੱਸਦਾ ਕਰਿਆ, ਇੱਕ ਸਾਈਡ ਘੱਸ ਗਈ ਤਾਂ ਤੁਸੀਂ ਇਸ ਨੂੰ ਦੂਜੀ ਸਾਈਡ ਖੋਲ੍ਹ ਕੇ ਲਾ ਕੇ ਵਿੱਚ ਕੰਮ ਆਪਣਾ ਚਲਾ ਸਕਦੇ ਅਤੇ ਲੰਬੇ ਟਾਈਮ ਲਈ ਚੱਲੇਗਾ। ਅਤੇ ਬਾਕੀ ਕਿਸਾਨ ਭਰਾਵੋ ਤੁਸੀਂ ਆਪਦੇ ਔਨ ਆਰਡਰ 'ਤੇ ਕਿਹੋ ਜਿਹਾ ਹੱਲ ਬਣਵਾਉਣਾ ਚਾਹੁੰਦੇ, 2 ਟਾਈਮ ਦੇ ਵਿੱਚ 3 ਟਾਈਮ ਦੇ ਵਿੱਚ ਸਾਨੂੰ ਤੁਸੀਂ ਆਰਡਰ ਕਰਕੇ ਬਣਵਾ ਸਕਦੇ ਹੋ। ਅਤੇ ਇਹ ਹੱਲ ਤੁਹਾਨੂੰ ਕਿੱਦਾਂ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਅਤੇ ਬਾਕੀ ਕਿਸਾਨ ਭਰਾਵੋ ਜਿਹੜੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜੀ। ਥੈਂਕ ਯੂ ਜੀ, ਧੰਨਵਾਦ।